हेलो जी, सत श्रीकाल हेलो जी। ना दसो जी, अपना कौन बोलते हो? हाँ जी, मैं हम लाइव देख रहा सर जी। जी दसो की जानना चाहते हो? वीर जी, मेरी ना वाइफ ने बी कॉम से एम कॉम से बी एड की, बी एड चल रही है, एक सेमेस्टर बचे हो दा। हाँ जी। तो भाजी आप जिदा हम मतलब इस तरह के मैं भी जा सकता मतलब कैनेडा। 6.5 बैंड ले लो, एमएड दे विच दाखला होगा, तुसी इकट्ठे चले जाओगे। ਕਿਹੜਾ ਕੋਰਸ ਮਿਲੇਗਾ ਸਰ ਜੀ? ਮਾਸਟਰਸ ਇਨ ਐਜੂਕੇਸ਼ਨ। ਉਹਦੀ ਫੀਸ ਕਿੰਨੀ ਹੋਏਗੀ ਆਪਣੀ? ਉਹਦੀ $25,000 ਹੋਊਗੀ ਜੀ, 1 ਸਾਲ ਦੀ, 2 ਸਾਲ ਦਾ ਕੋਰਸ ਹੋਏਗਾ। ਅੱਛਾ, 2 1 ਸਾਲ ਦੀ 25,000 ਦੀ। ਮੰਨ ਲਓ ਆਪਾਂ ਇਹ ਥੋੜਾ ਸਸਤਾ ਕੋਰਸ ਕਰਨਾ ਹੋਵੇ ਤੇ। ਨਹੀਂ ਸਸਤਾ ਫੇਰ ਸਾਡੇ ਕੋਲ ਨਹੀਂ ਹੋਣਾ ਜੀ। ਅੱਛਾ ਹਾਂ ਜੀ, ਤੇ ਇਕੱਠੇ ਹੋ ਜਾਏਗਾ ਦੋਵਾਂ ਦਾ ਪ੍ਰੋਗਰਾਮ? ਇਕੱਠਿਆਂ ਦਾ ਹੋ ਜਾਏਗਾ ਜੀ, ਇਕੱਠਿਆਂ ਦਾ। ਯੂਨੀਵਰਸਿਟੀ ਜਾਓਗੇ ਪੜ੍ਹਨ ਵਾਸਤੇ? ਦੇਖਣਾ ਪੈਣਾ ਜੀ ਐਡਮਿਸ਼ਨ, ਜੇ ਉੱਥੇ ਪੋਸੀਬਲ ਹੋਏਗੀ ਤਾਂ ਜਿੱਥੇ ਕਹੋਗੇ ਅਸੀਂ ਤੁਹਾਡੀ ਚੋਇਸ ਦੇ ਅਕੋਰਡਿੰਗਲੀ ਲੱਭ ਲਾਂਗੇ ਜੀ। ਭਾਜੀ ਫਿਰ ਯੂਨੀਵਰਸਿਟੀ ਜਾਣਾ ਨਾ ਤੁਸੀਂ ਕਰ ਰਹੇ ਵੀ ਮਾਸਟਰ ਡਿਗਰੀ ਚੱਲੇ ਹੋ ਨਾ, ਮੈਂ ਕਿਸੇ ਡਿਪਲੋਮੇ 'ਚ ਥੋੜ੍ਹੀ ਭੇਜ ਰਿਹਾ ਜੀ। ਦੇਖੋ ਐਮ ਕੋਮ ਵੀ ਤਾਂ ਤੁਸੀਂ ਕੀਤੀ ਹੋਈ ਨਾ, ਲੁਕੋ ਸਕਦੇ ਨਹੀਂ ਆਪਾਂ, ਜੇ ਲੁਕੋ ਲਾਂਗੇ ਕੱਲ੍ਹ ਨੂੰ ਪੀ ਆਰ 'ਚ ਦਿੱਕਤ ਆ ਜਾਣੀ ਤੁਹਾਨੂੰ। ਅੱਛਾ ਜੀ, ਹਾਂਜੀ। ਦੇਖੋ ਪੈਸੇ ਤਾਂ ਪੂਰੇ ਲੱਗਣੇ ਆ ਜੀ, ਜੇ ਤੁਸੀਂ ਚੰਗੀ ਜਗ੍ਹਾ ਜਾਓਗੇ ਤਾਂ ਹੀ ਤੁਹਾਨੂੰ ਦਾਖਲਾ ਮਿਲਣਾ, ਤਾਂ ਹੀ ਵੀਜ਼ਾ ਮਿਲਣਾ। ਜੇ ਤੁਸੀਂ ਕੋਈ ਡਿਪਲੋਮਾ ਲੈ ਲਓਗੇ ਵੀਜ਼ਾ ਹੀ ਰਿਫਿਊਜ਼ ਹੋ ਜਾਣਾ ਜੀ ਤੁਹਾਡਾ। ਅੱਛਾ, ਮਤਲਬ ਮਾਸਟਰ ਡਿਗਰੀ ਲੈਣੀ ਪੈਣੀ? ਮਾਸਟਰ ਲਓਗੇ ਤਾਂ ਤੁਸੀਂ ਨਾਲ ਜਾ ਸਕਦੇ ਹੋ, ਨਹੀਂ ਤਾਂ ਵੀਜ਼ਾ ਨਹੀਂ ਮਿਲਦਾ ਸਪਾਊਸ ਨੂੰ ਕਦੀ ਵੀ। ਅਸੀਂ 50,000 ਰੁਪਇਆ ਲਵਾਂਗੇ ਜੀ ਕੰਮ ਹੋਣ ਤੋਂ ਬਾਅਦ। ਧੰਨਵਾਦ ਜੀ।